ਹਰਪ੍ਰੀਤ ਬਰਾੜ। ਹੋਰ ਹਰਪ੍ਰੀਤ ਬਾਈ ਕੀ ਹਾਲ ਚਾਲ ਹੈ? ਲਓ ਜੀ ਚੇਂਜ ਹੋਈ ਹੈ ਨਾ, ਚੇਂਜ ਹੋਈ ਨਾ ਪਹਿਲੀ। ਖੰਜਰਵਾਲ ਵਰਸਿਸ ਖੈਰਾ ਟਾਣੀ, ਗੋਪਾ ਵਰਸਿਸ ਸ਼ਾਲੂ, ਸਾਡਾ ਬਾਈ ਗੁਰਪਾਲ ਵੀ ਬੈਠਾ ਕੈਲਗਰੀ ਦੇ ਵਿੱਚ, ਲੱਭਣੀ ਪਿੰਡ ਹੈ ਗੰਬਰੂ ਦਾ, ਤੇ ਕੈਲਗਰੀ ਚ ਬਣਦਾ ਲਾਈਵ ਮੈਚਾਂ ਦਾ ਆਨੰਦ ਮਾਣਦਾ ਹੈ। ਲਓ ਤਗੜੇ ਮੈਚ ਦੀ ਸ਼ੁਰੂਆਤ, ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ। ਸੇਠ ਸਾਹਿਬ ਕਹਿੰਦੇ ਜੇ ਟੀਮ ਖਹਿਰਾ ਢਾਣੀ ਦੀ ਜਿੱਤਦੀ ਹੈ, ਜੇ ਕੁਲਦੀਪ ਜਿੱਤਦਾ, ਸ਼ਾਲੂ ਜਿੱਤਦਾ, ਤੇ 1100 ਨਾਲ ਮਾਨ ਸਨਮਾਨ ਕਰਨਾ ਹੈ। 1100 ਨਾਲ ਮਾਨ ਤੇ ਸਨਮਾਨ ਹੋਣਗੇ। ਉਧਰ ਜਿਹੜਾ ਵੀ ਖਿਡਾਰੀ 5 ਬੱਲਾ ਕ੍ਰੋਸ ਕਰਦਾ ਹੈ, ਵੈਲਕਮ ਵੈਲਕਮ 100 ਆ ਗਿਆ ਹੈ। ਲਓ 2 ਤੇ ਪੜਿਹਾਰੀ ਵਾਲਾ 5 ਬੱਲਾ ਕ੍ਰੋਸ ਕਰਦੀਆਂ ਹੈ, ਤੇ 1500 ਪਿੰਦਰ ਮਾਨ ਬੰਦੀ ਹੋਇਆ ਹੈ। ਲਓ ਬੱਲੇ ਵਾਲੇ ਦੀ ਅੱਖ ਵੀ 1500 ਦਾ, 1100 ਲੱਗਿਆ ਹੋਇਆ ਹੈ। ਜਿੰਨੇ ਟੱਪੇ ਪਿੰਦਰ ਪਾਉਂਦਾ ਹੈ ਤੇ ਸਨੀ ਨੰਬਰਦਾਰ, ਉਹਨੇ 100-100 ਦੇ ਨੋਟ ਹੈ। ਹਾਂਜੀ ਹਾਂਜੀ ਹਰ ਵਧੀਆ ਵੀਰੇ, ਠੀਕ ਠਾਕ ਹਰਪ੍ਰੀਤ ਭਾਈ, ਇੱਥੇ ਦੇਖੇ ਹੋਰ ਕਾਇਮ ਹੋ ਬਰਾੜ ਸਾਹਿਬ। ਅਜਾ ਮੇਰਾ ਵੀ ਕਿੱਥੇ ਆਵਾਜ਼ ਸੁਣਦਾ ਹੈ, ਕਸ਼ਮੀਰ ਔਲਖੋੜੀ ਸਾਡੇ ਬਾਈ ਪਿੰਦਰ ਦੀ ਬਹੁਤ ਬਹੁਤ ਧੰਨਵਾਦ। ਗੁਲਸ਼ਨ ਹੋਣੀ 100 ਭੋਲੇ ਦੇ ਲਈ, ਮੈਂ ਵੀ ਭੋਲਿਆ। ਹਾਂਜੀ ਕਰਿਓ ਵੀਰੇ ਸ਼ੇਅਰ, ਕਰਿਓ ਸਾਰੇ ਵੀਰ, ਸ਼ੇਅਰ ਨਹੀਂ ਕੀਤਾ ਯਾਰ, ਉਹ ਫਿਰ ਰਹਿ ਜਾਂਦੇ ਆ ਖਿਡਾਰੀਆਂ ਨੇ ਜ਼ੋਰ ਲਾਉਣਾ ਹੁੰਦਾ। ਇੱਕ ਕਾਪੀ ਪੈਨ ਲਿਆ ਜਾ ਕੇ ਇਸ਼ੂ, ਇੱਕ ਕਾਪੀ ਪੈਨ ਲਿਆ ਯਾਰ, ਕਾਪੀ ਪੈਨ ਲਿਆ। ਹਰਪ੍ਰੀਤ ਬਰਾੜ ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ। ਦੋ ਟੱਪੇ ਹੋ ਗਏ ਬਾ, ਇੱਧਰ ਵੀ ਐਨ ਸਰਾਈ ਹੋਇਆ ਪਿਆ ਬਾਈ ਮੈਚ ਸਰਾ। ਪਿੰਦਰ ਦੇ ਟੱਪੇ ਲਿਖੀ ਜਾਈ, ਗੋਪੇ ਦੇ 7 ਦੇ ਨੰਬਰ ਲਿਖੀ ਜਾਈ ਬਾਈ ਜਗਪਾਲ USA ਸਾਡੇ ਵੀਰ, ਵੱਡੇ ਮਾਨ ਸਨਮਾਨ ਬੋਲਾਂ ਦੇ ਵੀ ਕੀਤੇ ਆ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ। ਉਧਰ ਅਮਰਿੰਦਰ ਸਿੱਧੂ ਸਾਡੇ ਬਾਈ ਹਣੀ ਹੁਣੀ ਰਾਮਪੁਰੇ ਵਾਲੇ, ਲਓ ਆਹ ਰਾਜਪਾਲ ਹੈ, ਇਹਦਾ ਭਰਾਵਾ ਹੀ ਚੱਲਦਾ, ਕਹਿੰਦੇ ਕੀ ਉਹਨੂੰ ਦੁਨੀਆ ਵੈਰ ਕਹਿੰਦੀ ਹੈ। ਇਹ ਗੱਗੀ ਵੀ ਬਣਾ ਬਣਾ ਰਾਜਪਾਲ ਨੂੰ ਬਾਲਾ ਦਿੰਦਾ ਹੈ, ਕਹਿੰਦਾ ਆ ਜਾ ਉਹ ਮਾਸੀ ਦਿਆ ਪੁੱਤਾ, ਤਊ ਬਾਜਰਾ ਬਣ ਕੇ। ਲਓ ਬਾਗੜੀ ਦੇ ਉੱਧਰ ਗੱਗੀ ਦੀ ਟੱਕਰ, ਕੁਲਦੀਪ ਸਿੰਘ ਖੈਰ, ਆਹ ਕੁਲਦੀਪ ਹੈ ਸਰਾਈ ਬਈ। ਨਜ਼ਾਰੇ ਆਈ ਜਾਂਦੇ ਆ ਬਈ, ਲੜਾਈ ਨੀ ਕਰਨੀ, ਮੈਚਾਂ ਦੇ ਨਜ਼ਾਰੇ ਲਓ। ਮੈਨੂੰ ਪਤਾ ਵੀ ਐਂਡ ਹੋਣਾ ਮੈਚ ਦੇ ਵਿੱਚ, ਪੁਆਇੰਟ ਦੱਸਦੇ ਬਾਈ ਇੱਕੋ ਮਿੰਟ। ਉਧਰ ਦੇ ਖੰਜਰਵਾਲ ਦੀ ਟੀਮ ਜਿੱਤਦੀ ਆ, ਤੇ ਲਖਵਿੰਦਰ ਕਹਿੰਦਾ ਅਗਲੇ ਸਾਲ ਦਸੰਬਰ ਦੇ ਰਾਜਪਾਲ ਬਾਗੜੀ ਹੈ, ਉਹ ਜੇ ਤੇ ਰਾਜਪਾਲ ਬਾਗੜੀ ਦੀ ਖੇਡ ਰਾਜਪਾਲ ਜ਼ੋਰਦਾਰ ਮੁੰਡੇ ਦੇ ਨਹੀਂ ਮਾਰ ਦਿਓ, ਕਹਿੰਦੇ ਬੰਦੇ ਬੰਦੇ ਕਰਵਾਤੀ ਮੁੰਡੇ ਨੇ। ਲਓ ਮੈਚ ਵੀ ਕਹਿੰਦੇ ਤਗੜਾ, ਉਧਰ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਉਹ ਵੀ ਪੁੱਜੇ ਹੋਏ ਹੈ। ਲਓ ਤਗੜਾ ਮੈਚ, ਇੱਧਰ ਕੰਪਿਊਟਰ ਆ ਵਾਲੀਵਾਲ ਦਾ, ਤੇ ਉੱਧਰ ਸੱਤਾ ਵੀ ਰਵਿੰਦਰੋ ਕੋਈ ਤੂਫਾਨ ਆਖਦਾ ਹੈ, ਨਾਲ ਵੱਲੋਂ ਦੀ ਧਰਤੀ ਦਾ ਖੜਾ ਹੈ, ਦੁਨੀਆਂ ਦੇਸੀ ਜੱਟ ਦੇ ਨਾਂ ਤੇ ਜਾਂਦੀ ਹੈ, ਬੜੀ ਨਿਮਰਤਾ ਤੇ ਸਹਿਨਸ਼ੀਲਤਾ ਹੈ। ਬਾਈ ਜੀ ਫਲੈਸ਼ ਬੰਦ ਕਰ ਲਓ ਮੇਰੇ ਵੀਰ ਅਜੀਤ ਬਰਾੜ, ਤੇਰੇ ਨਾਲ ਬਾਈ ਬੈਠਾ, ਫਲੈਸ਼ ਬੰਦ ਕਰਾ ਦੇ, ਵੀਡੀਓ ਬਣਾ ਲਾ ਮੇਰੇ ਮਿੱਤਰਾ, ਪਰ ਫਲੈਸ਼ ਅੱਖਾਂ ਦੇ ਵਿੱਚ ਵੱਜਦੀ ਹੈ, ਐਨ ਗੱਲਾਂ ਹੁੰਦੀਆਂ ਹੈ। ਲਓ ਮੈਚ ਕਹਿੰਦੇ ਫਾਈਨਲ ਹੈ, ਧਰਤੀ ਲਾਲ ਬਾਈ ਦੀ ਹੈ, ਇੱਧਰ ਅਮਰਤ ਹੈ ਮੁੰਡਾ ਖਹਿਰਾ ਢਾਣੀ ਪਿੰਡ ਹੈ ਅਮਰਤ ਦਾ, ਛਾਟਵਾ ਜਾ ਸਰੀਰ ਪਿੱਛੇ ਹੋਣਾ ਪੈਣਾ ਬਾਈ, ਮੁਲਾਜ਼ਮ ਵੱਡਾ ਹੈ, ਆਹ ਸਾਰਾ ਡੱਗ ਪੈਣਾ ਖੜੀ ਤਾਂ ਕੀ ਕਰਨੇ ਜਿਸਮ ਹੱਟੇ ਦੇ ਕੱਟੇ, ਉਹ ਕਾਮਯਾਬ ਨਹੀਂ ਹੁੰਦੇ ਜਿਹੜੇ ਜਿਹੜੇ ਲਾਉਂਦੇ ਰੱਟੇ।
ਤੇ ਕਾਗਜ਼ ਵੀ ਆਪ ਦੇ ਉਧਰ ਸੁਖਦੀਪ ਸਿੰਘ ਲਾਲ ਬਈ ਵਾਲਾ ਪਹਿਲਾਂ ਬੜਾ ਨੇੜੇ ਖੜਾ ਸੀਗਾ ਤੇ ਮਾਰਦਾ ਹੈ ਜਗਤਾਰ ਸਿੰਘ ਜੀ ਮੈਂਬਰ ਸਾਹਿਬ ਕਹਿੰਦੇ ਉਹਨੇ 100-100 ਦੇ ਨੋਟ ਦੇਣੇ ਹੈ ਜੇ ਲਾਲ ਬਈ ਵਾਲਾ ਸੁਖਦੀਪ ਬੈਸਟ ਬਣਦਾ ਹੈ ਤੇ ਥਰਾਜ ਵਾਲੇ ਦੀ ਟੀਮ ਵਾਲੇ ਸਾਡੇ ਵੀਰ ਖੜੇ ਆ ਗੁਲਸ਼ਨ ਹੋਣੀ ਕਸ਼ਮੀਰ ਹੋਣੀ ਕਹਿੰਦੇ ਜਿਹੜੀ ਚੀਜ਼ ਮੁੰਡਾ ਉਹਦੇ ਨਾਲ ਹੀ ਮਾਨ ਸਨਮਾਨ ਕਰਦੇ ਹੈਗੇ ਲਾਲੀ ਬਰਾੜ ਜੀ ਜਿਹੜਾ ਗੁੱਪੇ ਦੇ ਵਾਲ ਮਾਰਦਾ ਉਹਦੇ ਲਈ 100 ਹੋਣਾ ਲਾਲੀ ਬਰਾੜ ਸਾਹਿਬ ਉਹਨਾਂ ਬੰਦੇ ਜਿਹੜਾ ਮੁੰਡਾ ਗੁੱਪੇ ਤੋਂ ਨੰਬਰ ਲੈਂਦਾ ਹੈ ਉਹਦੇ 100-100 ਦੇ ਨੋਟਾਂ ਦਾ ਮਾਨ ਤੇ ਸਨਮਾਨ ਹੋਣੇ ਹੈ ਉਧਰ ਬਈ ਜਗਪਾਲ USA ਵਾਲਾ ਜਗਤਾਰ ਸਿੰਘ ਜੀ ਮੈਂਬਰ ਤੇ ਬਈ ਲਓ ਤਗੜਾ ਮੈਚ ਹੈ ਕਹਿੰਦੇ 5 ਦੇ ਇੱਧਰ ਹਾਲੇ 0 ਹੈ ਪਰ ਮੈਂ ਪਹਿਲਾਂ ਦੱਸਿਆ ਹਾਲੇ ਤੀਰ ਕਮਾਨ ਦੇ ਵਿੱਚ 6-0 ਉਹ ਜਿਹੜੇ ਜਿਹੜੇ ਕਹਿੰਦੇ ਖੇਰੋ ਢਾਣੀ ਦੀ ਟੀਮ ਜਿੱਤੂ ਕੁਲਦੀਪ ਸ਼ਾਲੂ ਦੀ ਜੋੜੀ ਨੇ ਜਿੱਤਣਾ ਆਪੇ ਤੇ ਜਿਹੜੇ ਕਹਿੰਦੇ ਗੱਗੀ ਹੁਣੀ ਜਿੱਤੂ ਬੱਲੇ ਵਾਲਾ ਗੋਪਾ ਖੰਜਰਵਾਲ ਢਾਣੀ ਉਹ ਮਾਰ 7-0 ਲਓ ਫਾਈਨਲ ਮੈਚ ਹੈ ਤੇ ਫਾਈਨਲ ਫਾਈਨਲ ਵਰਗਾ ਚਾਹੀਦਾ ਲਓ ਤਗੜਾ ਮੈਚ ਹੈ ਪਰ ਕਹਿੰਦੇ ਕੁਲਦੀਪ ਨੇ ਕਮਾਲ ਹੀ ਕਰੀ ਜਾ ਰਿਹਾ ਹੈ ਰਾਜਪਾਲ ਵਾਹ ਗੱਗੀ ਮਾਰ ਦੇ ਢਾਣੀ ਮੁੰਡੇ ਦੇ ਲਈ ਬੱਲੇ ਬੱਲੇ ਕਰਾਉਂਦੀ ਹੈ ਐਨ ਸਿਰੇ ਦੇ ਡਿਫੈਂਸਰਾਂ ਚ ਨਾ ਬੋਲਦਾ ਇੱਕ ਅੱਧੇ ਪਾਸੇ ਨਹੀਂ ਉਹ ਥਾਂ ਥਾਂ ਬੋਲਦਾ ਉਹ ਕਿਹਦਾ ਪੁੱਤ ਪੋਤਾ ਕਿਹਦਾ ਤੇ ਜਾਇਆ ਕਿਹੜੀ ਕੋਖੇ ਬਹਾਰ ਦਾ ਪਿੰਦਰ ਲੁਧਿਆਣੇ ਦਾ ਨਾਂ ਬਦਲ ਕੇ ਰੱਖ ਦਿਓ ਆਟੋ ਖਾਨਾ ਹਰ ਮੋੜ ਤੇ ਠੇਕਾ ਜਿੱਥੇ ਹਰ ਮੋੜ ਤੇ ਠਾਣਾ ਨਾ ਚਾਹੁੰਦਾ ਹੋਇਆ ਵੀ ਬੰਦਾ ਜਿੱਥੋਂ ਕਹਿੰਦਾ ਪੀ ਕੇ ਜਾਣਾ ਉਹ ਲੱਗਦੀ ਟੱਪਦੀ ਤੂੰ ਵੀ ਪਿੰਡ ਲਾਲ ਬਈ ਉੱਤਰ ਜਾਣਾ ਕਿ ਚਿੰਬੜਾ ਦੀ ਚਟਨੀ ਨਾਲ ਯਾਰ ਖਵਾਉਣਗੇ ਖਾਣਾ ਚਿੰਬੜਾ ਦੀ ਚਟਨੀ ਨਾਲ ਇਹਨੇ ਚਟਨੀ ਚੰਗੀ ਤਰ੍ਹਾਂ ਗੁੱਡੀ ਹੈ ਸੱਤ ਤੇ ਨਜ਼ਾਰਾ ਤਾਂ ਹੀ ਆਉਂਦਾ ਹੈ ਲੈ ਵੀ ਸੱਤਿਆ ਉਹ ਤੂੰ ਵੀ ਆਪਣੇ ਆਪ ਨੂੰ ਖੱਬੀ ਖਾਣ ਖਵਾਉਣਾ ਹੈ ਅੱਜ ਕੰਪਿਊਟਰ ਤੋਂ ਜਿੱਤਣਾ ਪੈਣਾ ਹੈ ਫਾਈਨਲ ਮੈਚ ਹੈ ਲਾਲ ਬਾਈ ਦੀ ਧਰਤੀ ਪਿੰਦਰ ਮਾਨ ਦਾ ਪਿੰਡ ਤੇ ਵਾਲ 8-1 ਕੀ ਬਣ ਗਿਆ 8-1 ਕੁਲਦੀਪ ਸਿੰਘ ਔਲਖ ਕੱਲ ਵਾਲਾ ਰੇਡ ਮੈਚ ਦਾ ਟੱਲਾ ਬਾਈ ਕੱਲ ਵੀਰੇ ਸਾਂਝੇ ਹੋ ਗਏ ਜੀ ਸੈਮੀ ਸੈਮੀ ਮੈਂ 4 ਟੀਮਾਂ ਚ ਸਾਂਝਾ ਹੋ ਗਿਆ ਜੀ ਵੀਰੇ ਕੱਲ ਉਧਰ ਸਾਡੇ ਬਾਈ ਥਰਾਜ ਵਾਲੇ ਦੀ ਸਮੁੱਚੀ ਟੀਮ ਦੀ ਵੱਡਾ ਮਾਨ ਤੇ ਸਨਮਾਨ ਇਹਨਾਂ ਬੋਲਾਂ ਦੇ ਲਈ ਬਹੁਤ ਬਹੁਤ ਧੰਨਵਾਦ ਬਾਈ ਖਿਸ਼ਕੀ ਦੇਵੀ ਦੱਸੀ 1 ਤੇ 8 ਫਕਰ ਸਰ ਜਿਹੜੀ ਫਰਕ ਕਹਿੰਦੇ 7 ਨੰਬਰਾਂ ਦਾ ਹੈ ਇਧਰ ਇੱਕ ਪਾੜਾ ਖੰਜਰਵਾਲ ਦੀ ਟੀਮ ਦਾ ਤੇ 8 ਨੰਬਰ ਹੈ ਖੈਰਾ ਢਾਣੀ ਦੀ ਟੀਮ ਦੇ ਚੁੱਟੀ ਦਾ ਮੈਚ ਦੋਵਾਂ ਟੀਮਾਂ ਦੇ ਦਰਮਿਆਨ ਬਣਿਹਾਰੀ ਵਾਲਾ ਕੰਪਿਊਟਰ ਐਂਡ ਬੱਲੇ ਬੱਲੇ ਆਊਟ ਦੇਵੀ ਕੁਲਦੀਪ 1100 ਹੈ ਖੈਰਾ ਢਾਣੀ ਦੀ ਟੀਮ ਜੇ ਜਿੱਤਦੀ ਹੈ 1100 ਵੱਲ ਮੁੰਡਿਆਂ ਨੇ ਕਦਮ ਵਧਾਏ ਹੋਏ ਹੈ ਪਰ ਗੱਗੀ ਨਹੀਂ ਮੰਨਦਾ ਕਹਿੰਦਾ ਸੱਤਿਆ ਤਗੜਾ ਹੋ ਜਾ ਮੈਨੂੰ ਪਾਰ ਲੰਘਾ ਦੇਵੇ ਘੜਿਆ ਮਿਲ ਓਏ 8-2 ਚੇਂਜ ਹੈ ਬਈ 8-2 ਚੇਂਜ 8 ਪੁਆਇੰਟ ਖੇਰਾ ਢਾਣੀ ਦੇ 2 ਪੁਆਇੰਟ ਖੰਜਰਾਲ ਦੇ ਕੱਟ ਕੇ ਤਾੜੀ ਮਾਰ ਦੋ ਐਨ ਸਿਰਾ ਕਰਾਦਾ ਹੈ ਇਹ ਹੈ ਰਾਜਪਾਲ ਬਾਗੜੀ ਪਰਿਵਾਰ ਦਾ ਹੈ ਛੋਟੀ ਉਮਰ ਪਰ ਖੇਡ ਕਹਿੰਦੇ ਬੜੀ ਤਗੜੀ ਹੈ ਖੇਡ ਕਹਿੰਦੇ ਤਗੜੀ ਹੈ ਬੁੱਗੀ ਦੇ ਹੱਥ ਖਿਲਾ ਕੇ ਰੱਖ ਦਿੱਤੇ ਹੈ ਗੁੱਟਾ ਤੋਂ 4-5 ਵਾਲ ਗੱਗੀ ਦੇ ਝਾੜਦੇ ਓਏ ਕੰਜਰਵਾਲੀ ਆ ਗਿਆ ਨੀ ਪਿੰਦਰ ਵਾਸ਼ਿੰਗ ਮਸ਼ੀਨ ਵੀ ਫਿਰ ਜਿੱਤੀ ਹੈ ਮੋਟਰਸਾਈਕਲ ਕੁੱਕਰੀ ਵੋਟਰਾਂ ਜੋ ਜਿੱਤਿਆ ਹੈ ਮੋਡੀਫਾਈ ਸਕੂਟਰ ਕਹਿੰਦੇ ਘੱਟਿਆਵਾਲੀ ਦੇ ਗੋਪੇ ਨਾਲ ਸਾਂਝੇ ਤੌਰ ਤੇ ਮੁੰਡੇ ਨੇ ਝਨੇਰਾ ਦੇ ਕੱਪ ਤੇ ਜਿੱਤਿਆ ਹੈ ਆਰੋ ਫਿਲਟਰ ਕਈ ਇਨਾਮਾਂ ਦਾ ਜੇਤੂ ਐਨ ਕਹਿੰਦੇ ਮੁੰਦੀ ਵੀ ਜਿੱਤੀ ਹੈ ਚਾਂਦੀ ਦਾ ਕੜਾ ਵੀ ਜਿੱਤਿਆ ਹੈ LED ਜਿੱਤੀ ਹੈ ਪਰ ਫਿਰ ਚੇਂਜ ਹੈ ਬਈ ਕਹਿੰਦੇ ਬੜਾ ਲਓ 8-2 ਦਾ ਮੁਕਾਬਲਾ ਹੁਣ ਦੇਖਾਂਗੇ ਬੰਦਾ ਉਹ ਗੱਲ ਬਣੀ ਨੀ ਤੂੰ ਖੱਬੀ ਖਾਣ ਖਵਾਉਣਾ ਦੁਨੀਆ ਬੜਾ ਪਿਆਰ ਕਰਦੀ ਹੈ ਪਰ ਪੁਆਇੰਟ 6 ਦਾ ਫਰਕ ਹੈ ਜੇ ਹੁਣ 8-8 ਕਰਦਾ ਨਾ ਤੇ ਤਾਂ ਹੀ ਦੁਨੀਆ ਨੇ ਤਾੜੀਆਂ ਮਾਰਨੀਆਂ ਹੈ ਪਰ ਦੇਖੋ
ਸਾਡਾ ਵੀਰ ਲੰਬਵੜੀ ਤੋਂ ਕੈਲਗਰੀ ਵਿੱਚ ਬੈਠਾ ਮੈਂ ਚੱਲ ਆਨੰਦ ਮਾਣਦਾ ਸਾਡਾ ਯਾਰ ਕੋਈ ਹੱਲ ਨੀ ਉਹ ਪੁਲ ਬਣਾ ਕੇ ਹੱਲ ਕੱਢ ਲਿਆ ਫਾਟਕ ਦਾ ਪਰ ਇਹਦਾ ਕੋਈ ਹੱਲ ਨੀ ਪਿੱਤਰ ਹੈ ਪਤਾ ਨੀ ਕਿੰਨੀ ਕੁ ਮਿਹਨਤ ਕੀਤੀ ਹੈ ਦੁਨੀਆਂ ਚ ਨਤੀਜਿਆਂ ਨੂੰ ਸਲਾਮ ਕਰਦੀ ਹੈ ਪਰ ਮਿਹਨਤ ਪਤਾ ਹੀ ਨੀ ਮੁੰਡੇ ਨੇ ਚਾਰ ਕਰਕੇ ਫੇਰ ਭਾਵੇਂ ਚੇਂਜ ਹੋ ਜੇ ਤੇ ਗੋਪਾ ਕਹਿੰਦਾ ਸੱਤਿਆ ਚੇਂਜ ਨਾ ਉਹਦੇ ਅੱਖਰ ਤੋਂ ਪਹਿਲਾਂ ਸਿਰਾ ਹੋਇਆ ਪਿਆ ਬਈ ਮੈਚ ਦਾ ਮੁਕਾਬਲਾ ਐਨ ਗੱਲਾਂ ਮਾਤਾ ਟਕਾਣੇ ਆ ਕੁਝ ਵੀ ਕਰ ਸਕਦਾ ਹੈ ਇਹ ਮੁੰਡਾ ਕੁਝ ਵੀ ਕਰ ਸਕਦਾ ਹੈ ਲਓ ਦੇਖੋ ਸਾਹਮਣੇ ਮੈਨੂੰ ਲੱਗਦਾ ਤੇ ਹੋ ਗਿਆ ਤੇ ਚਾਰ ਤੇ ਗੱਲ ਪੰਜ ਤੇ ਹੈ ਐਨ ਕਹਿੰਦੇ ਪੰਜ ਤੇ ਗੱਲ ਖੜੀ ਹੈ ਬਈ ਜੇ ਤੁਸੀਂ ਗਿਲਨੀਆਂ ਪੰਜ ਤਾਂ ਵੀ ਦੱਸ ਦਿਓ ਕਈ ਵਾਰੀ ਪਤਾ ਨਹੀਂ ਲੱਗਦਾ ਪੰਜ ਬਾਲਾਂ ਤੇ 1500 ਕਿਸੇ ਖਿਡਾਰੀ ਦਾ ਹੱਕ ਨਾ ਰਹਿ ਜੇ ਬੜਾ ਜ਼ੋਰ ਲੱਗਦਾ ਬੜੀ ਮਿਹਨਤ ਕੀਤੀ ਹੁੰਦੀ ਹੈ ਲਓ ਤਗੜਾ ਮੈਚ ਮੇਰੇ ਮਿੱਤਰੋ ਕੁਲਦੀਪ ਜਿਹੜਾ ਢਾਲੀ ਵਾਲਾ ਮੈਨੂੰ ਲੱਗਦਾ ਕਰੂ ਪੰਜ ਪਰ ਸ਼ਾਦੂ ਹੈ ਲਓ ਦੋ 8-4 ਚੇਂਜ ਆ ਬਈ ਟੂਰਨਾਮੈਂਟ ਹੋਵੇ ਕਬੱਡੀ ਕ੍ਰਿਕਟ ਦਾ ਭੋਲੇ ਨੂੰ ਵੀ ਜ਼ਰੂਰ ਸੇਵਾ ਦਾ ਮੌਕਾ ਦਿਓ ਬੜਾ ਪਿਆਰਾ ਵੀਰ ਲਓ ਵਿੱਕੀ ਸੰਧੂਆਂ ਦਾ ਮੁੰਡਾ ਖੜਾ ਦੇਖਦਾ ਹੈ ਕਿ ਮੁੰਡੇ ਖੇਡਦੇ ਅੱਜ ਖਹਿਰਾ ਢਾਣੀ ਦੇ ਕੁਲਦੀਪ ਨਾਲ ਯਾਰੀਆਂ ਪਗਾ ਰਹੇ ਹੈ ਤਗੜਾ ਮੈਚ ਹੈ ਦੋਵਾਂ ਟੀਮਾਂ ਦੇ ਦਰਮਿਆਨ ਇੱਧਰ ਸੰਤੇ ਦੇ ਗੋਪੇ ਦੀ ਜੋੜੀ ਹੈ ਇੱਧਰ ਕੁਲਦੀਪ ਦੇ ਸ਼ਾਲੂ ਦੇ ਚਰਚੇ ਕਹਿੰਦੇ ਸਕਦੇ ਟੀਮਾਂ ਨੋਟ ਕਰ ਜਦੋਂ ਪਾਲਾ ਚੇਂਜ ਹੋ ਗਿਆ ਦੋ ਟਾਈਮ ਬਾਅਦ ਹੋਰ ਹੈ ਲੋਕੀ ਆਖਦੇ ਠੱਗੀ ਆ ਤਾਂ ਠੱਗੀ ਰਹਿਣ ਦੇ ਉਹ ਸਾਈਆਂ ਦੇ ਵੀ ਜਾਂਦੇ ਆ ਕਸਾਈਆਂ ਦੇ ਵੀ ਜਾਂਦੇ ਆ ਤੇ ਕਮਲੇ ਆ ਥੋੜੇ ਜੇ ਸੀਟੀਆਂ ਤੇ ਸੀਟੀਆਂ ਵੱਜੀਆਂ ਕੰਪਿਊਟਰ ਕਹਿੰਦੀ ਦੁਨੀਆ ਕਿਸੇ ਗੱਲ ਦੇ ਨਾਲ ਹੀ ਖੇਡਦਾ ਰਿਹਾ ਹੈ 1% ਵੀ ਇਹ ਖਿਡਾਰੀ ਆ ਨਾ ਜਿਹੜਾ 1% ਵੀ ਨਸ਼ਾ ਕਰਕੇ ਨਹੀਂ ਖੇਡਦਾ 101% ਗੱਲ ਸੱਚੀ ਹੈ ਬਿਲਕੁਲ ਨਸ਼ਾ ਰਹਿ ਤੇ ਜਵਾਨੀ ਹੈ ਤਾਂ ਹੀ ਲੰਬੀ ਪਾਰੀ ਖੇਡਦਾ ਰਿਹਾ ਪਹਿਲਾਂ BBED ਕੀਤੀ ਪੜ੍ਹਿਆ ਲਿਖਿਆ ਵੀ ਬੜਾ ਹੈ ਵਿਦਿਆਰਥੀ ਹੈ ਜਿਹੜੇ ਸਕੂਲ ਚ ਚਾਹੇ ਕਾਲਜ ਚਾਹੇ ਮੁੰਡਾ DP ਲੱਗ ਸਕਦਾ ਮੈਂ ਪੁੱਛਿਆ ਸ਼ਾਲੂ ਬਾਈ ਇੰਨੀ ਪੜ੍ਹਾਈ ਕੀਤੀ ਹੈ ਕਹਿੰਦਾ ਦੋ ਟੀਮ ਹੈ ਕੋਈ ਵੀ ਟੂਰਨਾਮੈਂਟ ਦੇਖ ਲਓ ਵਿਦਾਊਟ ਟਿਕਟ ਕਦੇ ਮੁੰਡੇ ਗਰਾਊਂਡ ਚ ਨਹੀਂ ਆਉਂਦੇ 101% ਗੱਲ ਸੱਚ ਹੈ ਭਾਵੇਂ ਪੜਹਾਰੀ ਦੇ ਵੀ ਖੇਡਣ ਖਹਿਰਾ ਢਾਣੀ ਦੀ ਖੇਡਣ ਕਿਸੇ ਟੀਮ ਦੀ ਖੇਡਣ ਇਹ ਟੀਮ ਹਮੇਸ਼ਾ ਕਿੱਟ ਦੇ ਵਿੱਚ ਖੇਡਦੀ ਹੈ ਗੱਲ ਪੱਕੀ ਹੈ ਲਓ ਦੇਖੋ ਮੇਰੇ ਮਿੱਤਰੋ ਤਗੜਾ ਮੈਚ ਐਨ ਬੱਲੇ ਬੱਲੇ ਹੋ ਗਈ ਬੱਲੇ ਬੱਲੇ ਮਿੱਤਰੋ ਪੰਜਾਂ ਦੇ 1500 ਪਿੰਡ ਮਾਣ ਵੰਡਿਓ ਪੰਜਾਂ ਦੇ 1500 ਹੈ ਲਓ ਦੇਖਾਂਗੇ ਸੱਤਾ ਬੁਲਟ ਜਿੱਤਿਆ ਮੁੰਡੇ ਨੇ ਇਹਨੇ ਬੁਲਟ ਜਿੱਤਿਆ ਤਿੰਨ ਹੋਈਆਂ ਲਓ ਦੇਖੋ ਇੱਕ ਜਵਾਨ ਇਹ ਹੈ ਸੁਖਦੀਪ ਲਾਲ ਬਾਈ ਦੀ ਧਰਤੀ ਰਹਿ ਲੈ ਵੀ ਪਿੰਦਰਾ ਉਹ ਬੜਿਆ ਤੇ ਆਵਜਾ ਨਹੀਂ ਮੁੰਡੇ ਨੇ ਐਨ ਟੱਪਾ ਪਾ ਕੇ ਰੱਖ ਦਿੱਤਾ ਬੱਲੇ ਰਾਜਪਾਲ ਬਾਗੜੀ ਬੱਲੇ 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 ਬਾਲ 9-5 ਬਾਗੜੀ ਨੇ ਐਨ ਬੱਲੇ ਬੱਲੇ ਕਰਾਈ ਹੈ ਇਹਦੀ ਅੱਖ ਕਹਿੰਦੇ ਅੱਜ ਬੈਸਟ ਬੰਦ ਤੇ ਹੈ ਬਾਗੜੀ ਕਹਿੰਦਾ ਅੱਜ ਬੈਸਟ ਬਣ ਕੇ ਜਾਣਾ ਧਰਤੀ ਪੰਜਾਬ ਦੀ ਹੈ ਪਰ ਕੀ ਕਹਿੰਦਾ ਮੇਰੀ ਗੱਲ ਬੰਦੀ 10-5 ਸਰਾ
10 5 ਇਹ ਹੋ ਜਾ ਠੱਡੀ ਸੀਤ ਨਹੀਂ ਸਖੀਏ ਸਹੇਲੀਏ ਨਹੀਂ ਗੁਰਾਂ ਦੀਏ ਚੇਲੀਏ ਜਾ ਘੋਲ ਕੇ ਪਿਆਰੇ ਕੋਈ ਤਵੀਦ ਨਹੀਂ ਸਖੀਏ ਸਹੇਲੀਏ ਨਹੀਂ ਗੁਰਾਂ ਦੀਏ ਚੇਲੀਏ ਜਾ ਘੋਲ ਕੇ ਪਿਆਰੇ ਕੋਈ ਤਵੀਦ ਨਹੀਂ ਲਓ ਬਾਬੜੀ ਕਹਿੰਦੇ 5 10 ਚੇਂਜ ਆ ਬਈ ਸੁੱਖ ਦੀ ਚਲਾਬ ਅਤੇ ਹਾਦੀਆਂ ਵੀ ਬਹੁਤ ਨੇ ਸਹੀ ਗੱਲ ਆ ਸਹੀ ਗੱਲ ਸੱਜਣਾ ਨੇ ਇੱਕ ਦੁੱਖ ਦੇ ਦਿੱਤਾ ਸਹੀ ਗੱਲ ਆ ਦੀਪ ਉਹਨਾਂ ਦੀਆਂ ਸਾਡੇ ਤੇ ਮਿਹਰਬਾਨੀਆਂ ਵੀ ਬਹੁਤ ਨੇ ਪੰਜ ਵਾਲਾ ਤੇ 1500 ਲਾਗਰਾ ਬੜੀ ਹੈ 10 5 ਚੇਂਜ ਆ ਬਈ ਬੜੀ ਦੁਨੀਆ ਜਾਂਦੀ ਹੈ ਐਣ ਨਜ਼ਾਰੇ ਆਈ ਜਾਂਦੇ ਇੱਕ ਬਾਲੀ ਵਾਲੇ ਤਾਂ ਦੀ ਖੇਡ ਜੇ ਹੋਰ ਕੋਈ ਗੇਮ ਹੈ ਕਿਸੇ ਗੇਮ ਨੂੰ ਕਿਸੇ ਤੇ ਢਿੱਲੋ ਸਿਆ ਮਾੜਾ ਨਹੀਂ ਕਹਿੰਦਾ ਪਰ ਫਾਈਨਲ ਮੈਚ ਹੈ 11 5 ਚੇਂਜ ਆ ਬਈ ਦਰਸ਼ਕਾਂ ਦਾ ਜਿਹੜਾ ਲੋ ਸਾਈਡਾਂ ਜਿਹੜੀਆਂ ਚੇਂਜ ਆ ਤੇ ਮੁੰਡਾ ਮੋਟਰਸਾਈਕਲ ਦਾ ਜੇਤੂ ਆ ਜਿਹਨੇ ਸਰਵਿਸ ਕੀਤੀ ਹੈ ਸੂਰਜ ਚੌਧਰੀ ਨਾਂ ਤੇ ਮੁੰਡੇ ਦੀ ਫੇਸਬੁੱਕ ਤੇ ਆਈਡੀ ਹੈ ਰਵੀ ਗੋਪਿਆ ਉਹ ਸਾਈਡਾਂ ਚੇਂਜ ਹੋ ਗਈਆਂ ਪਰ ਕੋਈ ਕਮਾਲ ਕੀਤੀ ਨਹੀਂ ਇਧਰ ਕੰਪਿਊਟਰ ਤੋਂ ਫਾਉਲ ਹੋ ਗਿਆ 5 11 ਚੇਂਜ ਆ ਬਈ 1500 ਤੇ ਉਹੀ 1500 ਸਾਰੇ ਕੰਮ ਕਰਾਉਂਦਾ ਹੈ 5 ਮਿੰਟ ਵੀਰੇ ਗੋਪੇ ਦੀ ਟੀਮ ਦੇ ਦੀ ਰੇ ਅੱਜ ਚੱਕਾ ਯਾਦ ਕਰਾਦਾ ਹੈ ਕੱਲ ਕਹਿੰਦੇ 1500 ਤੇ ਖੜੀ ਹੈ ਟੈਸਟਾਂ ਦੇ ਲਈ ਵੀ ਐਂਡ ਕਹਿੰਦੇ ਸ਼ਾਨਦਾਰ ਕੱਪ ਹੈ ਅੱਜ ਪ੍ਰਬੰਧਕਾਂ ਨੇ ਵੀ ਸਿਰਾ ਕਰਕੇ ਰੱਖਿਆ ਹੈ ਪ੍ਰਬੰਧਕਾਂ ਨੇ ਉਹ ਕੀਤਾ ਜੋ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਬੜੀ ਮਸ਼ਕਤ ਕੀਤੀ ਹੈ ਪਰ ਗੁੱਪਾ ਕਹਿੰਦੇ ਇੱਕ ਹੋਰ ਫਾਉਲ ਮਾਰ ਬੈਠਾ 11 5 ਚੇਂਜ ਵੀਰੇ ਚੇਂਜ ਹੁੰਦੀ ਹੋਈ ਖਰਗੋਸ਼ ਵਿਗਾੜਨਾ ਪੈਂਦਾ ਏ ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮਨ ਨੂੰ ਮਾਰਨਾ ਪੈਂਦਾ ਏ ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮਨ ਨੂੰ ਮਾਰਨਾ ਰੁਕੇ ਮੈਚ ਦੇ ਵਿੱਚ ਜੇ ਕੋਈ ਰੈਫਰੀ ਮਾਰੇ ਰੁਕੇ ਚਲਾ ਸੀਟੀ ਤੇ ਕਦੇ ਕੁੜੀ ਦੀਆਂ ਕਈ ਰਵਜਾ ਹੈ 11 6 ਚੇਂਜ ਆ ਬਈ ਰਾਜਾ ਨਾਮ ਹੈ ਜਦੋਂ ਸਰਵਿਸ ਕਰਦਾ ਸੀ ਨਾ ਤੇ ਵਿਰੋਧੀ 5 ਮਿੰਟ ਵੇਟ ਹੀ ਕਰਦੇ ਸੀ ਕਿ ਬਾਲ ਥੱਲੇ ਕਢਵਾਉਣੀ ਹੈ ਕੱਲ ਟਾਈਮ ਦੀ ਹੁੰਦੀ ਹੈ 6 11 ਚੇਂਜ ਆ ਬਈ 6 11 ਚੇਂਜ ਨੰਬਰ ਦੱਸੋ ਜੀ 7 ਕਿੰਨੇ ਬਈ 11 6 ਲਓ ਇਹ ਉਹੀ ਪਿੰਡਾਂ ਦੇਖੋ ਸਫਲਤਾ ਤੇ ਜਦੋਂ ਸਫਲਤਾ ਦੇ ਅੱਗੇ ਆੜਾ ਲਾ ਦਈਏ ਅਸਫਲਤਾ ਬਣਦੀ ਹੈ ਅਸਫਲਤਾ ਕਹਿੰਦੇ ਅਨਾਥ ਹੁੰਦੀ ਹੈ ਕਸ਼ਮੀਰ ਸਿਆ ਤੇ ਸਫਲਤਾ ਦੇ ਰਿਸ਼ਤੇਦਾਰ ਬੜੇ ਹੁੰਦੇ ਆ ਇਹੀ ਪਿੰਦਰ ਜੇ ਟੱਪਾ ਪਾ ਦੇ ਗੱਗੀ ਭੱਜ ਕੇ ਜੱਫੀ ਪਾ ਲੈਂਦਾ ਹੈ 12 6 ਏਅਰਪੋਰਟ ਤੇ ਕੁੜਬੜੀਆਂ ਦੇ 12 ਸਫਲਤਾ ਨਾ ਹੈ ਅਸਫਲਤਾ ਅਨਾਥ ਹੈ ਤੇ ਸਫਲਤਾ ਦੇ ਰਿਸ਼ਤੇਦਾਰ ਬੜੇ ਹੁੰਦੇ ਆ
1500 ਸ਼ਾਲੂ ਸਿਆ ਸੁੱਕਾ ਰਾਜਾ ਵੇ ਪਿੰਦਰ ਮਾਰਦਾ 13-6 ਚਾਰ ਹੈ ਟਾਈਪ ਟੋਟਲ ਚਾਰ ਹੈ ਸ਼ਾਲੂ ਬਾਈ ਪਾਲੇ ਚ ਇੱਥੇ ਦੋ ਹੋ ਸਕਦੇ ਆ ਲਓ ਦੇਖੋ ਪੰਜ ਬਾਲਾਂ ਦੋ ਹੋ ਗਈਆਂ ਹੈ ਤੇ ਤੀਜੀ ਹੁੰਦੀ ਆ ਜਾਂ ਨਹੀਂ ਪਰ ਅੱਗੇ ਜਦੋਂ ਪਿੰਦਰ ਘੂਰੀ ਵੱਟਦਾ ਨਾ ਤੇ ਹੌਸਲਾ ਅੱਧਾ ਹੀ ਕਰ ਦਿੰਦਾ ਹੈ ਗੱਲ ਇਹ ਪੱਕੀ ਹੈ ਲਓ ਗੋਪਾ ਮੇਰੇ ਮਿੱਤਰੋ ਤੇ ਸੱਤਾ ਸ਼ਹਿਬਾਜਪੁਰੀ ਹੈ ਉਧਰ ਖਹਿਰਾ ਢਾੜੀ ਵਾਲਾ ਵੀ ਫਿੱਟ ਹੋਇਆ ਫਿਰਦਾ ਹੈ ਕੁਲਦੀਪ ਵੀ ਅੱਜ ਐਨ ਪੂਰਾ ਫਿੱਟ ਹੈ ਲੰਮੇ ਸਮੇਂ ਬਾਅਦ ਵਾਪਸ ਆਇਆ ਗਰਾਊਂਡਾਂ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਜ਼ਿੰਮੇਵਾਰੀਆਂ ਹੈ ਲਓ ਦੋ ਤੇ ਤਿੰਨ ਪਰ 1500 ਪਿੰਦਰ ਮਾਨਦਾ ਕਿੱਧਰ ਜਾਂਦਾ ਗੱਲਾਂ ਸਮੇਂ ਦੀਆਂ 1500 ਤੇ ਅੱਖ ਕਹਿੰਦੇ ਸਭ ਦੀ ਹੈ 1500 ਤੇ ਅੱਖ ਕਹਿੰਦੇ ਸਭ ਦੀ ਹੈ ਲੈ ਵੀ ਲਾਲ ਬਾਈ ਵਾਲਿਆ ਦਰਸ਼ਕ ਮਹਿਕ ਕੇ ਜੋ ਹੋਰ ਕਰਦੇ ਹੈ ਉਹ ਤਗੜਾ ਭਾਵੇ ਕੋਈ ਟੱਪਾ ਐਣ ਕਹਿੰਦੇ ਬੱਲੇ ਬੱਲੇ ਕਰਾਦੇ ਖੇਡਦੇ ਮੈਦਾਨ ਦੇ ਵਿੱਚ ਏ ਚਾਰ ਚੰਦਰਾ ਕਰੀਏ ਕੀ 1500 ਬਣਨਾ ਹੈ ਪਿੰਦਰ ਮਾਰਨੇ ਲਾ ਕੇ ਨਾ ਐਨ ਕਮਾਲ ਕਮਾਲ ਵਜਿਆ ਪਿਆ ਉਹ ਆ ਗਿਆ ਸਵਾਦ ਲੋਕੀ ਸੱਚ ਕਹਿੰਦੇ ਨੇ ਤੇ ਉਹੀ ਹੋ ਗਈ ਹੈ ਬਰੀਕ ਜਿਹਨੂੰ ਅੱਤ ਕਹਿੰਦੇ ਨੇ ਉਹ ਜਿਹਦੇ ਸੱਚੀ ਰੁਚੀ ਨਜ਼ਾਰਾ ਯਾਰ ਅਮਰਿੰਦਰ ਸਿੱਧੂ ਹੁਣੀ ਸਨੀ ਨੰਬਰਦਾਰ ਬੈਠਾ ਉਧਰ ਬਾਈ ਬਰਾੜ ਹੁਣੀ ਐਨ ਜੈਲਦਾਰੀ ਦੀ ਗੱਲ ਚੱਲਦੀ ਹੈ ਉਹ ਅਸੀਂ ਪੱਤਣਾ ਵੇ ਤਾਰੂ ਤੇ ਤੂੰ ਐ ਕੱਚੀ ਕੈਲ ਪਿੰਡ ਘੋਲੀਆ ਏ ਤੇਰਾ ਬਾਈ ਇੱਥੇ ਬਹਿ ਜਾ ਸੀਪੇ ਨੂੰ ਬੈਠ ਰਹਿੰਦੇ ਸਾਰਾ ਹਿਸਾਬ ਕਿਤਾਬ ਬਾਈ ਕੋਲ ਇੱਕ ਮਿੰਟ ਖੜ ਜਾ ਉਧਰ ਬਾਈ ਅਮਰਤ ਭੁੱਲਰ ਤੇ ਸੁਖਵਿੰਦਰ ਭੁੱਲਰ ਉਹਨਾਂ ਬੰਨੀ ਉਹ 500 ਆ ਗਿਆ ਲਾਲ ਬਾਈ ਵਾਲੇ ਸੁਖਦੀਪ ਦੇ ਲਈ 500 ਦੇ ਮਾਣ ਤੇ ਸਨਮਾਨ ਜਿਹੜੇ ਸੁਖਦੀਪ ਦੇ ਲਈ ਆਇਆ ਬਹੁਤ ਬਹੁਤ ਧੰਨਵਾਦ ਤੇ ਘੜਾ ਕਿੱਥੇ ਆ ਘੜਾ ਕਹਿੰਦੇ ਰਸੋਈ ਦੇ ਵਿੱਚ 17-6 ਕਹਿੰਦੇ ਘਰ ਦੇ ਵਿੱਚ ਪਿੰਡ ਦੇ ਵਿੱਚ ਹੈ ਖੰਜਰਵਾਲ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਪੰਜਾਬ ਦੇ ਵਿੱਚ ਪੰਜਾਬ ਚੰਡੀਗੜ੍ਹ ਚੰਡੀਗੜ੍ਹ ਮੇਰੇ ਮਿੱਤਰੋ ਤੇ ਇੰਡੀਆ ਦੀ ਰਾਜਧਾਨੀ ਦਿੱਲੀ ਹੈ ਇੰਡੀਆ ਕਹਿੰਦੇ ਦਿੱਲੀ ਦੇ ਵਿੱਚ ਹੈ ਤੇ ਦਿੱਲੀ ਕਹਿੰਦੇ ਦੁਨੀਆ ਦੁਨੀਆ ਕਹਿੰਦੇ ਧਰਤੀ ਦੇ ਤੇ ਧਰਤੀ ਪਾਣੀ ਤੇ ਪਾਣੀ ਘੜੇ ਚ ਤੇ ਘੜਾ ਰਸੋਈ ਦੇ ਵਿੱਚ ਹੈ ਐਨ ਗੱਲਾਂ ਚੱਲਦੀਆਂ ਮੁੰਡੇ ਨੇ ਠੰਡੇ ਠਾਰ ਪਾਣੀ ਦੀ ਘੁੱਟ ਭਰੀ ਹੈ ਪੰਜ ਬਾਲਾ ਹੈ ਪਰ ਘੋਗਾ ਕਹਿੰਦਾ 1500 ਕਿਸੇ ਫਾਈਨਲ ਮੈਚ ਹੈ ਵੀਰੇ ਖੈਰਾ ਟਾਣੀ ਵਰਸ ਸਾਡਾ ਵੀਰ ਜੰਟਾ ਖੰਜਰਾ ਵਾਲਾ ਜੰਟਾ ਲਾਹੌਰੀਆ ਕਹਿੰਦਾ ਜੇ ਕੁਲਦੀਪ ਗੱਗੀ ਤੋਂ ਨੰਬਰ ਲੈਂਦਾ 200 ਦੇਣਾ ਇੱਕ ਨੰਬਰ ਦਾ
ਜੇ ਖਹਿਰਾ ਢਾਣੀ ਵਾਲਾ ਕੁਲਦੀਪ ਗੰਗੀ ਖੰਜਰ ਵਾਲੀਏ ਤੋਂ ਨੰਬਰ ਲੈਂਦਾ ਹੈ ਤੇ 200 ਕੀਮਤ ਪੈਣੀ ਹੈ ਇੰਟੂ ਚੰਨਣ ਕਿਹੜੇ 17 ਉਧਰ ਜਿਹਦੇ 8 17 8 9 ਤੇ 17 9 17 ਲਓ 9 ਤੇ 17 9 17 ਸੌਰੀ ਵੀਰੇ ਵੈਰੀ ਸੌਰੀ 9 17 ਵਾਜਦੇ ਸੀ ਲਲਕਾਰੇ ਹੋ ਗਿਆ ਕੀ ਵੈਰੀ ਸੌਰੀ 9 ਤੇ 17 ਕੁੱਪ ਆ ਗਿਆ ਸੈਂਟਰ ਦੇ ਵਿੱਚ ਨਵੀਂ ਕੰਪਿਊਟਰ ਸਿਆ ਸਰਵਿਸ ਚੇਂਜ ਕਰਾਉਣੀ ਪੈਣੀ ਹੈ ਕੱਲ ਤਾਂ ਟਿਕਾਣੇ ਲੱਗੂ ਕਰਾਰੀ 17 ਤੇ ਅੜ ਗਈ ਹੁਣ ਦੇਖਾਂਗੇ 9 ਤੋਂ 10 ਤੇ ਜਾਂ ਫਿਰ ਸਰਵਿਸ ਚੇਂਜ 9 3 ਤੇ ਗੱਲ 5 ਤੇ ਹੈ 1500 ਆਣਾ ਹੈ ਐਨ ਹੱਥਾਂ ਚੋਂ ਛਾਲਾ ਮਾਰ ਮਾਰ ਬਾਹਰ ਨੂੰ ਜਾਂਦਾ ਹੈ ਅੱਜ ਪ੍ਰਬੰਧਕਾਂ ਦੇ ਖੀਸਿਆਂ 'ਚ ਨੋਟ ਢੁੱਡਾ ਮਾਰ 10 17 ਅੱਜ ਮੈਂਬਰ ਸਾਹਿਬ ਦੇ ਖੀਸੇ ਫਸੂਗਾ ਤੰਦੂਰ 'ਚ ਬਿੱਲਾ ਵੀਰੇ ਮਾਰੀ ਜਾਂਦੇ ਕਿ ਕੱਟ ਤੇ ਲਾ ਦੇ ਖਿਡਾਰੀਆਂ ਦੀ ਖੇਡ ਦੇ ਤੰਦੂਰ 'ਚ ਬਿੱਲਾ ਨੇੜੇ ਧੜੀ ਆ ਬਿੱਲਾ ਤੰਦੂਰ ਦੇ 17 ਬਿੱਲਾ ਤੰਦੂਰ ਦੇ ਨੇੜੇ ਧੜੀ ਆ 10 ਤੇ 17 ਹੁਣ ਜੇ 11 ਹੋ ਗਏ ਤੇ ਫੇਰ ਸ਼ਾਲੂ ਨੂੰ ਟੈਨਸ਼ਨ ਪੈਣੀ ਹੈ ਜੇ 11 ਹੋ ਗਏ ਤੇ ਫੇਰ ਜੱਬ ਕਸੂਤਾ ਪੈ ਜਾਣਾ ਹੈ ਲਓ 10 ਤੇ 17 ਮੈਚ ਤਗੜਾ ਹੈ ਫਾਈਨਲ ਮੈਚ ਤੇ ਹਾਈ ਵੋਲਟੇਜ ਹੈ ਫਾਈਨਲ ਮੈਚ ਤੇ ਐਨ ਚੁੱਟੀ ਦਾ ਮੇਰੇ ਮਿੱਤਰੋ ਉਧਰ ਸਰਦਾਰ ਲਖਵੀਰ ਸਿੰਘ ਜੀ ਪੰਚਾਇਤ ਸੈਕਟਰੀ 2100 ਹੈ ਸਵਰਗਵਾਸੀ ਸਰਦਾਰ ਮੋਹਨ ਸਿੰਘ ਜੀ ਮਾਨ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਵੱਡਾ ਯੋਗਦਾਨ ਟਰਾਫੀਆਂ ਦੀ ਸੇਵਾ ਹਰ ਸਾਲ ਹੁੰਦੀ ਹੈ ਤੇ ਅਗਲੇ ਟੂਰਨਾਮੈਂਟ ਦੀ ਵੀ ਕਹਿੰਦੇ ਆਪਾਂ ਸੇਵਾ ਟਰਾਫੀਆਂ ਦੀ ਕਰਨੀ ਹੈ 10 17 ਟੀਮ ਮੈਚ ਜਿੱਤ ਗਈ ਤੇ 2100 ਉਹਨਾਂ ਬੰਦੀਓ ਹੈ ਸਾਡੇ ਸਤਿਕਾਰ ਦੇ ਯੋਗ ਉਧਰ ਸਾਡਾ ਭਰਾ ਬੈਠਾ ਬਣੀ ਮਾਨ ਦੀ ਗੱਲ ਹੈ 11 17 ਤੰਦੂਰ ਦੇ ਵਿੱਚ ਬਿੱਲਾ 11 17 ਦੋ ਮਿੰਟ ਹੋਰ ਲੱਗ ਗਏ ਤਾਂ 11 ਤੰਦੂਰ ਦੇ ਵਿੱਚ ਬਿੱਲਾ 12 17 ਤਲਵੰਡੀ ਵਾਲਾ ਪ੍ਰਤਾਪ ਵੀ ਬਹਿ ਗਿਆ ਐਨ ਟਿੱਕੇ ਤੇ ਨਾਲ ਹੀ ਬਬਲੂ ਤੇ ਮਾਮਾ ਜੀ ਨੂੰ ਸੀਟ ਛੱਡੋ ਵਿੱਚ ਪ੍ਰਤਾਪ ਸਿਆ ਗੱਲ ਫੇਰ ਹੀ ਟਿਕਾਣੇ ਲੱਗਣੀ ਹੈ ਲਓ ਤੇਰੇ ਜੰਟੂ ਵੀ ਚੰਡਣ ਖੇੜੇ ਵਾਲਾ ਬੈਠਾ ਹੈ ਐਨ ਗੱਲ ਚੱਲੂ ਕਸ਼ਮੀਰ ਉੜੀ ਬੈਠੇ ਆ ਭਿੰਦਰ ਗੱਗੀ ਮਾਰਦੇ ਤਾੜੀ ਮੁੰਡੇ ਦੇ ਲਈ ਤੰਦੂਰ ਚ ਬਿੱਲਾ 12 ਤੇ 17 ਵਾਲਾ ਸੁਖਦੀਪ ਜੀ ਬੈਸਟ ਬਣਦਾ ਹੈ ਤੇ ਥਰਾਜ ਵਾਲੀ ਸਮੁੱਚੀ ਟੀਮ ਦੀ ਉਹ ਵੱਡਾ ਮਾਣ ਸਨਮਾਨ ਹੋਵੇਗਾ ਹੁਣ ਦੇਖਾਂਗੇ 13 ਹੁੰਦੇ ਆ ਤੇ ਜਾਂ ਫਿਰ ਚੇਂਜ ਹੁੰਦੀ ਹੈ ਗੱਲ 21 ਬੰਦੀ ਹੈ ਗੱਲਾਂ 2 ਜਸ ਜਾਂ 2 ਗੱਲਾਂ ਕਹਿੰਦੇ 2 ਹੀ ਹੈ ਤਾਂ ਉਹ ਮੈਚ ਵੀ ਤਗੜਾ ਹੈ ਲਾਲ ਬਾਈ ਲਾਲ ਬਾਈ 17 12 ਰਵਿੰਦਰ ਸਿੰਘ ਜੀ ਉਧਰ ਡਾਕਟਰ ਬੈਠਾ ਫਕਰਸਰ ਵਾਲਾ ਸੱਦੇ ਦਿੰਦਾ ਹੈ ਕੱਲ ਨੂੰ ਆਹੀ ਟੀਮਾਂ ਨੇ ਮੇਰੇ ਮਿੱਤਰੋ ਫਕਰਸਰ ਦੀ ਧਰਤੀ ਤੇ ਖੇਡਣਾ ਹੈ ਫਕਰਸਰ ਦੀ ਧਰਤੀ ਦੇ ਡਾਕਟਰ ਦੇ ਦਿੰਦੇ ਆ ਦੀ ਗੱਲ ਹੋਣੀ ਹੈ 16 ਟੀਮਾਂ 18 ਮੈਚ 18 12 ਵੀਰੇ 18 12 ਉਧਰ ਸਾਡਾ ਬਾਈ ਖੰਬਾ ਥਰਾਜ ਵਾਲੀ ਆ ਕਹਿੰਦਾ ਆਪਾਂ ਲਾਲ ਬਾਈ ਵਾਲੇ ਸੁਖਦੀ 12 ਜਿੱਤੇ ਏਅਰਪੋਰਟ ਤੇ ਕੁੜਮਣੀਆਂ ਮਿਲਦੀਆਂ ਐਨ ਜੱਥੀਆਂ ਪੈ ਗਈਆਂ ਮੇਰੇ ਮਿੱਤਰੋ ਕਿੰਨੇ ਹੋ ਗਏ ਜੀ 19 ਤੇ 12 ਹਾਲੇ ਵੀ ਤੀਰ ਕਮਾਣ ਦੀ ਹੈ ਹਾਲੇ ਕਹਿ ਦਈਏ ਨਾ ਮੈਚ ਦਾ ਪਾਸਾ ਪਲਟ ਗਿਆ ਹੈ
ਜੇ ਕਹਿ ਦਈਏ ਕਿ ਮੈਚ ਇੱਕ ਪਾਸੇ ਹੋ ਗਿਆ ਤੇ ਬੇਵਕੂਫੀ ਹੈ, ਹਾਲੇ ਖੜੇ ਆ ਮੁੰਡੇ ਗਰਾਊਂਡ ਚ, ਇੱਕ ਇੱਕ ਨੰਬਰ ਤੇ ਆ ਜਾਂਦੀ ਗੱਲ, ਮੈਨੂੰ ਲੱਗਦਾ ਕਿ 1500 ਦੇ ਐਨ ਕਹਿੰਦੇ ਮੈਨੂੰ ਲੱਗਦਾ ਕੰਪਿਊਟਰ ਨੇ ਕਬਜ਼ਾ ਕਰ ਲਿਆ ਜਸਵਿੰਦਰ ਸਿਆਹ, ਐਨ ਗੱਲ ਟਿਕਾਣੇ ਲਾਤੀ ਹੈ। ਬਾਰਾਂ 19 ਚੇਂਜ ਹੈ ਵੀਰੇ, 12-19 ਚੇਂਜ। ਕੋਈ ਨੀ ਕੋਈ ਨੀ, ਪਟਿਹਾਰੀ ਵਾਲਾ ਖੇਡ ਦੇ ਮੈਦਾਨ ਦੇ ਅੰਦਰ ਰਾਜਪਾਲ ਭਾਗੜੀ ਹੈ, ਰਵੀ ਸੁੱਤਿਆ ਉਹ ਠੰਡਾ ਰਿਹਾ ਬਈ ਖੈਰਾ ਰਾਣੀ ਦਾ। ਮੋਹਨ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ 2100 ਤੇ 1100 ਸਾਡੇ ਸੇਡ ਸਾਹਿਬ ਬਣੇ ਆ, ਪਰ ਪਿੰਦਰ ਕਹਿੰਦਾ ਇੰਨੀ ਛੇਤੀ ਨਹੀਂ, ਇੰਨੀ ਛੇਤੀ ਨਹੀਂ ਬੰਨ ਦੇਣਾ। 13-20 ਚੇਂਜ ਆ ਬਈ, ਇੰਨੀ ਛੇਤੀ ਨਹੀਂ ਬੰਨ ਦੇਣਾ। ਤਾਂ ਗੁੱਪਾ ਮੇਰੇ ਮਿੱਤਰੋਂ ਸਰਵਿਸ ਕਰਨੇ ਆ ਰਿਹਾ ਹੈ, ਮੈਂ ਵੀ ਬੱਲੋ ਵਾਲਿਆ ਜੇ ਇੱਥੋਂ ਮੈਚ ਪੱਟਦਾ ਨਾ ਤੇ ਤਾਂ ਮੰਨਣਾ ਦੁਨੀਆ ਨੇ, ਜਾਂ ਫਿਰ ਪਿੰਦਰਾ ਤੈਨੂੰ ਨੰਬਰਾਂ ਵਾਲੀ ਮਸ਼ੀਨ ਆਖਦੇ ਆ ਲੋਕ, ਇੱਥੋਂ ਮੈਚ ਪੱਟ ਕੇ ਦਿਖਾ ਫੇਰ ਮੰਨਾਂਗੇ। ਕੰਪਿਊਟਰ ਨੇ ਸਰਵਿਸ ਕੀਤੀ, ਲਾਸਟ ਨੰਬਰ ਦੀਆਂ ਗੱਲਾਂ ਹੈ, ਉਹ ਜੇ ਮੈਚ ਦਾ ਨਜ਼ਾਰਾ ਯਾਰ ਰੌਲਾ ਰੂਲਾ ਪਾ ਦੋ ਲਾਸਟ ਦੀ ਨੰਬਰ ਹੈ, ਪਰ ਹਾਲੇ ਨਹੀਂ ਲਾਲ ਰੰਗ ਦੇ ਖਤਰੇ ਦਾ ਹਾਲੇ ਨਹੀਂ ਇਹ ਨਹੀਂ ਫੈਸਲੇ ਹੋ ਦਿੱਤਾ। ਉਧਰ ਕੁਲਦੀਪ ਦੇ ਨਾਲ ਬਈ ਜਸ਼ਨ ਥਰਾਜ ਵਾਲਾ, ਉਹ ਕਹਿੰਦੇ ਆਪਾਂ ਮਾਣ ਕਰਾਂਗੇ ਲਾਲ ਬਈ ਬੜੇ ਸੁਖਦੀਪ ਦਾ, ਵੱਡਾ ਮਾਣ ਕਰਨਾ ਹੈ। 14-19 ਤੇ ਚੋਟੀ ਨਾਲ ਟਕਰਾ ਕੇ ਬਦਲੀ ਵਰਦੀ ਹੁੰਦੀ ਆ, ਤੁੜਕਾ 20-14 ਚੇਂਜ ਆ ਬਈ, ਗੁੱਡੀ ਚੜ੍ਹਦੀ ਹੁੰਦੀ ਆ, ਤੁੜਕਾ ਤੁੜਕਾ ਕਰਕੇ ਗੁੱਡੀ ਚੜ੍ਹਦੀ। 1100 ਦੀਆਂ ਗੱਲਾਂ ਹੈ, ਉਧਰ ਸਵਰਗਵਾਸੀ ਸਰਦਾਰ ਮੋਹਨ ਸਿੰਘ ਜੀ ਮਾਨ, 2100 ਉਹਨਾਂ ਦੇ ਪਰਿਵਾਰ ਬੰਦੀਓ, ਸਾਡੇ ਪੰਚਾਇਤ ਸੈਕਟਰੀ ਸਰਦਾਰ ਲਖਵੀਰ ਸਿੰਘ ਜੀ ਬੈਠੇ ਹੈ, 2100 ਦੀ ਗੱਲ ਚੱਲੂ ਮੇਰੇ ਮਿੱਤਰੋ। ਲਾਲ ਬਈ ਵਾਲਾ ਰਾਜਾ ਵੀ ਪੱਪਾਂ ਦੇ ਹੁੰਦਾ ਜਾਂਦਾ ਹੈ, ਐਨ ਕਹਿੰਦੇ ਲਾਸਟ ਨੰਬਰ ਦੀ ਗੱਲ ਤੇ ਬਾਅਦ ਫਿਰ ਦਸੰਬਰ ਦੇ ਵਿੱਚ ਗੱਲਾਂ ਹੋਣਗੀਆਂ, ਟੀਮਾਂ ਆਉਣਗੀਆਂ ਦੇ ਮੁਕਾਬਲੇ, ਕਹਿੰਦੇ ਇੱਦਾਂ ਦੇ ਹੀ ਹੁੰਦੇ ਹੈ। ਲਓ ਮੁਕਾਬਲਾ ਵੀ ਤਗੜਾ ਮੇਰੇ ਮਿੱਤਰੋ, ਤੇ ਲਾਲ ਬਈ ਵਾਲੇ ਦਾ ਮਾਣ ਕਹਿੰਦੇ ਥਰਾਜ ਲਈ ਆਪਾਂ ਕਰਨਾ ਹੈ, ਖੱਬਾ ਵੀ ਸਾਡਾ ਵੀਰ ਵੱਡਾ ਮਾਣ ਸੁਣਨ ਪੈਂਦਾ ਕਰਦਾ, ਦਿਲ ਦੀਆਂ ਗਹਿਰਾਈਆਂ ਜੋ ਧੰਨਵਾਦ ਹੈ। ਲੈ ਬਈ ਸੁਖਦੀਪ ਸਿਆ ਉਹ ਪਾਵੇ ਟੱਪਾ, ਲਾਸਟ ਨੰਬਰ ਹੈ ਮੈਨੂੰ ਪਾਰ ਲਗਾ ਦੇ ਵੇ, ਉਹ ਘੜਿਆ ਬਿੰਦਾ ਤੇਰੀਆਂ ਕਰਦੀ, ਜਾ ਪਿੱਛੇ ਮੁੜ ਜਾ ਸੋਹਣੀਏ ਨੀ, ਇੱਥੇ ਕੋਈ ਨਹੀਂ ਤੇਰਾ ਦਰਦੀ, ਐਨ ਕਹਿੰਦੇ ਜ਼ੋਰ ਹੈ ਸ਼ਰਮ ਹੈ ਤੇ ਲੱਗੀ ਜਾਂਦਾ, ਕਹਾਣੀ ਰਜੂ ਕੋਈ ਨਾ ਕੋਈ। ਬੱਬੂ ਮਹੀਏ ਵਾਲਾ ਵੀ ਪੱਬਾਂ ਦੇ ਹੋ ਕੇ ਬਹਿ ਗਿਆ ਕਿ ਪਤਾ ਨੀ ਪਾਤਾ ਕੀ ਹੈ, ਇੱਕ ਨੰਬਰ ਤੇ ਕਹਿੰਦੇ ਸਾਰੀ ਗੱਲ ਖੜੀ ਹੈ, ਸਾਰੀ ਮਿਹਨਤ 21 ਨੰਬਰ ਤੇ ਹੈ, ਜੇ ਆਹੀ ਨੰਬਰ ਅੜ ਗਿਆ ਤੇ ਫੇਰ ਕੀ ਬਣਨਾ, ਫੇਰ ਭੰਗੜੇ ਪੈਣੇ ਹੈ, ਫੇਰ ਕਹਿੰਦੇ ਬਿਨਾਂ ਡੀਜੇ ਤੋਂ। ਉਧਰ ਬਈ ਰਜਿੰਦਰ ਮਾਨੂਨੀ ਬੈਠੇ ਐਨ ਨਜ਼ਾਰੇ ਲਈ ਜਾਂਦੇ ਹੈ, ਮੈਚ ਚੱਲਦਾ ਆਉਂਦੇ ਨਜ਼ਾਰੇ ਲੱਗਦੀ, ਜਵਾਨੀ ਚੰਗੀ ਹੱਸਦੀ ਤੇ ਖੇਡਦੀ, ਉਹ ਜੱਜ ਦਾ ਬੜੇਪਾ ਇੱਜ਼ਤ ਕੁਆਰੀ ਜਿਹੜੀ ਡਰ ਰੱਖੇ ਮਾਪਿਆਂ ਦਾ, ਸੂਰਮੇ ਦੀ ਸੋਭਾ ਜੇ ਮਦਾਨੇ ਜੰਗ ਲੜੇ ਤਾਂ, ਸੂਰਮੇ ਦੀ ਸੋਭਾ ਬਈ ਉਹ ਜਿਨ੍ਹਾਂ ਨੂੰ ਲੱਗਦਾ ਬਿੱਲਾ ਤੰਦੂਰ ਦੇ ਨੇੜੇ ਨੇੜੇ ਤਾੜੀ ਜੋੜਦਾ।
ਮਾਰ ਮਾਰ ਕੇ ਦੱਸੋ ਪਿੱਲਾ ਤੇਰੇ ਤੇ ਨਹੀਂ ਹੈ ਲੈ ਵੀ ਸੱਤਿਆ ਉਹ ਫੜਦਾ ਧੌੜੋ ਤੇ ਸੁੱਟਦਾ ਤੰਦੂਰ ਦੇ ਵਿੱਚ ਗੱਲ ਫੇਰ ਬਣੂਗੀ ਮਾਰ 15-20 ਹਰਿਆਣੇ ਵਿੱਚੋਂ ਖਿੱਚ ਕੇ ਤਿਆਰੀਆਂ ਲੋਕੀ ਮਨਾ ਮੋਹੀ ਕਰਦੇ ਪਿਆਰ ਔਲਖਾ ਉਹਦਾ ਸਕਾਦਾ ਪਰਦਾ ਤੇ ਪੰਜਾਬ ਦੇ ਗਰਾਊਂਡਾਂ ਦਾ ਨਹੀਂ ਸ਼ਾਲੂ ਬਿਨਾ ਸਰਦਾ ਬਿੱਠਾ ਬੈਠਾ ਦਿੱਲੀ ਵਾਲਾ ਲਾਈਵ ਮੈਚਾਂ ਦਾ ਆਨੰਦ ਮਾਣਦਾ ਹੈ ਜੇ ਟੀਮ ਜਿੱਤਦੀ ਹੈ ਸ਼ਿਵ ਕਰੇ ਵੀਹ 15 ਚੰਗੀ ਸੱਤਾ ਕੀ ਕਰੇ ਚੰਗੀ ਕਹਿੰਦਾ ਟ੍ਰੈਂਡ ਚੱਕਦੇ ਲਓ ਲਾਸਟ ਨੰਬਰ ਹੈ ਲਾਸਟ ਨੰਬਰ ਜਿਹੜੇ ਜਿਹੜੇ ਕਹਿੰਦੇ ਫੈਸਲਾ ਹੁਣ ਹੋਣਾ ਤਾੜੀ ਤੰਦੂਰ ਦੇ ਵਿੱਚ ਬਿੱਲਾ ਸਿਰਾ ਮੈਚ ਯਾਰ ਮੈਚ ਦੇ ਨਜ਼ਾਰੇ ਹੈ ਕੁਲਦੀਪ ਖਰਾਜ ਵਾਲਾ ਤੇ ਜਸ਼ਨ ਸਾਡੇ ਵੀਰ ਕਹਿੰਦੇ ਆਪਾਂ ਸ਼ਾਲੂ ਦਾ ਵਿਸ਼ੇਸ਼ ਮਾਣ ਸਨਮਾਨ ਕਰਨਾ ਹੈ ਬਾਅਦ ਦੇ ਸਨਮਾਨ ਹੋਣਗੇ ਲਓ 15-20 ਹੁਣ ਦੇਖਾਂਗੇ ਜੇ 16 ਹੋ ਗਏ ਵਾਹ ਵੱਲੋਂ ਵਾਲਿਆ ਉਧਰ ਸ਼ਾਲੂ ਹੈ ਇੱਧਰ ਕਹਿੰਦੇ ਪ੍ਰਿੰਸ 16-20 ਉਧਰ ਕਰਾਰੀ 20 ਤੇ ਅੜਗੀ ਹੁਣ ਜੇ 17 ਹੋ ਗਏ ਤੇ ਫੇਰ ਖਹਿਰਾ ਢਾਣੀ ਵਾਲਿਆਂ ਦੇ ਤਿਆਰ ਬੰਦਾ ਫੇਰ ਨਜ਼ਾਰਾ ਹੋਰ ਵੱਧ ਜਾਣਾ ਉਧਰ ਭੋਲਾ ਪੁੱਛਦਾ ਹੁੰਦਾ ਕਿ ਤਿਆਰ ਬੰਦਾ ਗੋਲੀ ਲੈ ਜਾਓ ਗੱਲ ਪੱਕੀ ਹੈ ਉਹ ਦੇਖੋ ਮੁੰਡਾ ਸਾਹਮਣੇ ਮਾਣ ਪਰਿਵਾਰ ਦਾ ਹਾਥੀ ਲੰਘ ਗਿਆ ਤੇ ਪਣਹਾਰੀ ਵਾਲਿਆ ਉਹ ਕੱਕੀ ਪੂਛ ਫੜ ਕੇ ਬਹਿ ਗਿਆ ਕਹਿੰਦਾ ਪਿੱਛੇ ਨੂੰ ਖਿੱਚਣਾ ਹਾਥੀ ਨੂੰ ਹੁਣ ਗੱਲ ਦੇਖਾਂਗੇ ਟਿਕਾਣੇ ਕੌਣ ਲਾਉਂਦਾ ਹੁਣ ਲਾਸਟ ਨੰਬਰ ਦੀਆਂ ਗੱਲਾਂ ਤੇ ਬਾਤਾਂ ਹੈ ਉਹ ਜੋ ਤੀਰ ਨਿਸ਼ਾਨੇ ਉਹ ਖੁੰਝ ਜੇ ਉਹ ਕਾਹਦਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਕਰ ਗਿਆ ਫਿਰ ਜੇ 16-20 ਫਿਰ ਜੇ ਜਵਾਨੀ ਤੇ ਫਸੀ ਕਸੂਤੀ ਪਈ ਹੈ ਉਹ ਡੂਬਣਾ ਚੋਣਾ ਬਾਈ ਰਜਿੰਦਰ ਮਾਨ ਤੇ ਚੋਣਾ ਕਿਸੇ ਗੱਲ ਦਾ ਨਹੀਂ ਹੈ ਉਹ ਦੇਖੋ ਡੂਬਣਾ ਕਿਸੇ ਗੱਲ ਦਾ 17 ਚੇਂਜ ਆ ਬਈ ਮਾਰੂਗਾ ਬੰਟੀ ਜੀ ਕਹਿੰਦੇ ਆਪਾਂ ਬਈ ਰਾਜੇ ਦਾ ਵਿਸ਼ੇਸ਼ ਸਨਮਾਨ ਕਰਨਾ ਹੈ ਤਗੜਾ ਮੈਚ ਹੈ ਬੜੀ ਵਧੀਆ ਰੈਗਰਸ਼ਿਪ ਕਰ ਰਹੇ ਬਈ ਬੰਟੀ ਹੁਣੀ ਕਹਿੰਦੇ ਮਾਣ ਕਰਾਂਗੇ ਰਾਜੇ ਸਾਡੇ ਵੀਰ ਦਾ ਰਾਜਾ ਬਾਈ ਉਹ ਇਨਸਾਨ ਹੈ ਜ਼ਿੰਦਗੀ 'ਚ ਬੜਾ ਕੁਝ ਸਿੱਖਣ ਨੂੰ ਮਿਲਿਆ ਇਸ ਇਨਸਾਨ ਕੋਲੋਂ ਬੜੀ ਉੱਚੀ ਸੁੱਚੀ ਸ਼ਖਸੀਅਤ ਹੈ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਹੈ ਲਓ ਲਾਸਟ ਨੰਬਰ ਦੀਆਂ ਗੱਲਾਂ ਬਾਤਾਂ ਹੈ ਉਹ ਬਾਈ ਜੇ ਹੁਣ ਚੇਂਜ ਹੋ ਫਸ ਗਿਆ ਤੰਦੂਰ ਚ ਬਿੱਲਾ 18-20 ਤੰਦੂਰ ਚ ਬਿੱਲਾ ਫਸ ਗਿਆ ਨਜ਼ਾਰੇ ਲੌਂਗ ਲੌਂਗ ਤੋਂ ਤੁੱਕਾ ਬਣ ਗਿਆ ਵੇ 18-20 ਦਾ ਮੁਕਾਬਲਾ ਹੈ ਉਹ ਬਾਈ ਰੌਲਾ 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 ਦਿਓ ਮੰਨਣ ਵਾਲਾ ਓਏ ਓਏ ਸਿਰਾ ਧੰਨਵਾਦ
ਕਿਤੇ ਕੋਈ ਮਰਜੀ ਨਜ਼ਾਰਾ ਹੀ ਵੀਰੇ ਵੀ ਉਹ ਜਦੋਂ 12 ਸੀ ਨਾ ਮੈਂ ਆਖਿਆ ਸੀ ਬੇਵਕੂਫੀ ਆ ਜੇ ਕਹਿ ਦਈਏ ਰਿਜ਼ਲਟ ਆ ਗਿਆ ਮੈਂ ਆਖਿਆ ਸੀ ਬੇਵਕੂਫੀ 19-20 ਨਵੀਂ ਤਲਵੰਡੀ ਵਾਲਿਆ ਤੂੰ ਦੱਸ ਖੇਡਦਾ ਹੈ ਤਜਰਬਾ ਤੇਰਾ ਵੀ ਹੈ ਦੱਸ ਕੀ ਬਣਨਾ ਹੈ ਲਓ ਲਾਸਟ ਨੰਬਰ ਹੀ ਕਹਿੰਦੇ ਕਸੂਤਾ ਜੰਮ ਪੈ ਗਿਆ ਉਹ ਇੱਕੋ ਜਿੰਨਾ ਜ਼ੋਰ ਲੱਗਦਾ ਯਾਰੀ ਹਾਂ ਦੇ ਮੁੰਡੇ ਦੇ ਨਾਲ